हेलो दोस्तों, वेलकम आ जे के पंजाबी चैनल ते। अज की इस वीडियो दे विच मैं तुहानू स्टेप बाय स्टेप दसूंगा कि तुसी अपनी एक्सटर्नल हार्ड ड्राइव या जिहड़ी सॉलिड स्टेट ड्राइव आ उहदा विंडो दे विच तुसी पार्टीशन आ जिहड़ी उहनू किवें क्रिएट कर सकदे आ ते जां किवें डिलीट कर सकदे आ। उदों पहलां दोस्तों, जे तुसी मेरे चैनल नू हले तक सबसक्राइब नहीं कीता तां हुणी सबसक्राइब कर लो ते नाल ही रिंग बैल बटन दे उत्ते क्लिक कर दो तां कि जिहड़ियां मेरियां लेटेस्ट वीडियो तुहाडे तक पहुँच सकण। सब तो पहला दोस्तों, तुसीं जिहड़ी अपनी हार्ड ड्राइव आ उहनू अपने कंप्यूटर दे नाल इस तरीके दे नाल जिहड़ी एक्सटर्नल हैगी कोई भी सोर्स हैगा उहनू इस तरीके दे नाल तुसीं कनैक्ट कर लेना। मैं USB केबल दे नाल कनैक्ट कीता। फिर आपां जिहड़ा अपना हैगा कंप्यूटर उहदी स्क्रीन ते चलदे हां। उत्थे दोस्तों आपां लभणा वा दिस PC, जिहड़ी विंडो 10 आ उहदे ते दिस PC ते जिहड़ी आम विंडो हैगी आ 8 जां 7 जां XP उहनां दे उत्ते आपां लभणा माई कंप्यूटर। उत्ते जदों आपां करांगे राइट क्लिक दोस्तों, आ इदां दी ऑप्शन आ जाणी आ मैनेज, उहदे ते आपां क्लिक कर दिंदे आ। उदूं बाद जिहड़ा आह विंडो जी खुल गई, इहदे तुसीं देखो लैफ्ट हैंड साइड के उत्ते आ जिहड़ा मैन्यू बार आ इहदे विच आपां लभणा स्टोरेज, ते स्टोरेज दे विच हैगा डैस्क मैनेजमेंट। जदों तुसीं इहदे ते क्लिक करोगे दोस्तों, जिन्नियां भी तुहाडियां हार्ड ड्राइवां जां जिहड़ियां भी USB वगैरह कनैक्ट आ उह सारियां इत्थे शो हो जाणियां। जिहड़ी सब तों पहली आ टॉप दे विच उह आपणी जिहड़ी हैगी आ कंप्यूटर दी विंडो जिहदे उत्ते इंस्टॉल कीती उह हार्ड ड्राइव आ, ते जिहड़ी दूजी आ उह हैगी एक्सटर्नल। ਤੁਸੀਂ ਇਹਦੇ 'ਤੇ ਜਿਹੜਾ ਉਹਦੇ ਨਾਂ ਦੇ ਨਾਲ ਜਾਂ ਉਹਦੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਐਸਟੀਮੇਟ ਲਾ ਸਕਦੇ ਹਾਂ। ਇੱਥੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਕੁਛ ਵੀ ਕਰਨ ਤੋਂ ਪਹਿਲਾਂ ਜੇ ਕੋਈ ਤੁਹਾਡਾ ਉਹਦੇ 'ਤੇ ਡਾਟਾ ਹੈਗਾ ਉਹਨੂੰ ਤੁਸੀਂ ਆਪਣਾ ਬੈਕਅਪ ਕਰ ਲਓ ਜਾਂ ਸਟੋਰ ਕਰ ਲਓ। ਫਿਰ ਇੱਦਾਂ ਮੇਰੇ ਕੋਲ ਜਿਹੜੀ ਇਹ ਹਾਰਡ ਡਰਾਈਵ ਆ ਇਹਦੇ ਉੱਤੇ ਮੇਰੇ ਕੋਲ ਦੋ ਪਾਰਟੀਸ਼ਨਾਂ ਹੈਗੀਆਂ ਦੋਸਤੋ, ਇੱਕੋ ਜਿਹੇ ਸਾਈਜ਼ ਦੀਆਂ ਦੋ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਇਹਨਾਂ ਨੂੰ ਡਿਲੀਟ ਕਿਵੇਂ ਕਰਨਾ, ਕਿਉਂਕਿ ਆਪਣੇ ਆਲਰੇਡੀ ਪਾਰਟੀਸ਼ਨਾਂ ਬਣੀਆਂ ਹੋਈਆਂ, ਇਹਨੂੰ ਆਪਾਂ ਸਭ ਤੋਂ ਪਹਿਲਾਂ ਡਿਲੀਟ ਕਰਦੇ ਹਾਂ। ਪਰ ਰਾਈਟ ਕਲਿੱਕ ਕੀਤਾ ਤਾਂ ਥੱਲੇ ਇੱਕ ਆਪਸ਼ਨ ਆ ਜਾਣੀ ਆ ਡਿਲੀਟ ਵੋਲੀਅਮ ਜਾਂ ਆਜੂਗੀ ਡਿਲੀਟ ਪਾਰਟੀਸ਼ਨ, ਤੁਸੀਂ ਉਹ 'ਤੇ ਕਲਿੱਕ ਕਰ ਦੇਣਾ। ਫਿਰ ਆਪਾਂ ਜੈਸ ਕਰ ਦੇਣਾ ਤਾਂ ਜਿਹੜੀ ਆਪਣੀ ਇਹ ਪਾਰਟੀਸ਼ਨ ਆ ਆਲਰੇਡੀ ਡਿਲੀਟ ਹੋ ਗਈ ਆ। ਤੁਸੀਂ ਦੇਖੋ ਇੱਥੇ ਆ ਗਿਆ ਅਨਲੋਕੇਟਡ, ਆਪਣੀ ਜਿਹੜੀ ਇੱਕ ਪਾਰਟੀਸ਼ਨ ਆ ਉਹ ਆਲਰੇਡੀ ਡਿਲੀਟ ਹੋ ਚੁੱਕੀ ਆ। ਹੁਣ ਆਪਾਂ ਜਿਹੜੀ ਦੂਜੀ ਆ ਉਹਨੂੰ ਵੀ ਇਸੇ ਤਰੀਕੇ ਦੇ ਨਾਲ ਰਾਈਟ ਕਲਿੱਕ, ਡਿਲੀਟ ਪਾਰਟੀਸ਼ਨ ਜਾਂ ਤੁਹਾਡੇ ਡਿਲੀਟ ਵੋਲੀਅਮ ਦਾ ਨਾ ਹੋਊਗਾ ਆਪਾਂ ਉਹਨੂੰ ਡਿਲੀਟ ਕਰ ਦਿੰਦੇ ਹਾਂ। ਹੁਣ ਜਿਹੜੀ ਸਾਰੀ ਡਰਾਈਵ ਆ ਉਹ ਅਨਲੋਕੇਟਡ ਆ ਗਈ ਆ, ਇਹਦਾ ਮਤਲਬ ਆ ਕਿ ਇਹ ਜਿਹੜੀ ਡਿਲੀਟ ਹੋ ਚੁੱਕੀ ਆ, ਇਹਦੀ ਕੋਈ ਲੋਕੇਸ਼ਨ ਨਹੀਂ ਹੈਗੀ। ਹੁਣ ਆਪਾਂ ਕੀ ਕਰਦੇ ਹਾਂ, ਇਹਨੂੰ ਕਰਦੇ ਹਾਂ ਕ੍ਰੀਏਟ, ਪਾਰਟੀਸ਼ਨ ਆਪਾਂ ਕ੍ਰੀਏਟ ਕਰਾਂਗੇ। ਤੁਸੀਂ ਇਹਦੇ 'ਤੇ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਇਹਦੀ ਆਪਾਂ ਰਾਈਟ ਕਲਿੱਕ ਕਰਕੇ ਇਹਦੀ ਪਾਰਟੀਸ਼ਨ ਕਲਿੱਕ ਕਰ ਲੈਣੀ ਹੈ। ਤਾਂ ਤੁਸੀਂ ਕਰਨੀ ਦੋਸਤੋ ਵੀ ਕਿੰਨੀਆਂ ਪਾਰਟੀਸ਼ਨਾਂ ਬਣਾਉਣੀਆਂ ਇਹ ਤੁਹਾਨੂੰ ਪਹਿਲਾਂ ਤੁਸੀਂ ਕਰ ਲੈਣਾ। ਹੁਣ ਆਪਾਂ ਰਾਈਟ ਕਲਿੱਕ ਕੀਤਾ, ਉੱਤੇ ਲਿਖਿਆ ਨਿਊ ਵੋਲੀਅਮ ਕ੍ਰੀਏਟ, ਆਪਾਂ ਇਹ 'ਤੇ ਕਲਿੱਕ ਕੀਤਾ। ਤਾਂ ਫਿਰ ਆਪਾਂ ਕਰ ਦਿੰਦੇ ਹਾਂ ਨੈਕਸਟ। ਇੱਥੇ ਤੁਸੀਂ ਦੋਸਤੋ ਸਾਈਜ਼ ਭਰ ਦੇਣਾ, ਜੇ ਤਾਂ ਤੁਸੀਂ ਇੱਕੋ ਹੀ ਬਣਾਉਣੀ ਹੈ ਤਾਂ ਤੁਸੀਂ ਨੈਕਸਟ ਕਰ ਦਿਓ, ਜੇ ਤੁਸੀਂ 2 ਜਾਂ 3 ਬਣਾਉਣੀ ਫਿਰ ਤੁਸੀਂ ਸਾਈਜ਼ ਭਰ ਦਿਓ। ਮੈਂ ਇੱਥੇ ਭਰਤਾ 50,000, ਇਹਦਾ ਮਤਲਬ ਜਿਹੜੀ ਮੇਰੀ ਪਹਿਲੀ ਪਾਰਟੀਸ਼ਨ ਹੋ ਗਈ 50,000 MB, ਅਪਰੋਕਸੀਮੇਟਲੀ 48 GB ਦੀ ਇਹ ਬਣ ਜਾਣੀ ਆ। ਇੱਥੋਂ ਫਿਰ ਆਪਾਂ ਕਲਿੱਕ ਕਰਤਾ ਨੈਕਸਟ। ਇੱਥੇ ਤੁਸੀਂ ਇਹਨੂੰ ਇਹ ਐਡਰੈਸ ਦੇ ਦੇਣਾ ਕੋਈ ਵੀ, ਇੱਥੇ ਇਹਨੇ ਆਪਦੇ ਆਪਾਂ ਆਟੋਮੈਟਿਕਲੀ ਚੱਕ ਲਿਆ ਕਿਉਂਕਿ ਸੀ ਅਤੇ ਡੀ ਜਿਹੜਾ ਮੇਰਾ ਆਲਰੇਡੀ ਪਰਸਨਲ ਵਿੰਡੋ ਹੈਗੀ ਆ। ਇੱਥੇ ਆਪਾਂ ਕਰ ਦਿੰਦੇ ਹਾਂ ਨੈਕਸਟ। ਇੱਥੇ ਦੋਸਤੋ ਇੱਕ ਹੋਰ ਆਪਸ਼ਨ ਆ ਵੀ ਜੇ ਤੁਸੀਂ ਪਾਥ ਨਹੀਂ ਦੇਣਾ ਚਾਹੁੰਦੇ, ਉਹ ਮੈਂ ਤੁਹਾਨੂੰ ਫਿਰ ਦੱਸੂਗਾ ਕਿ ਉਹਦਾ ਕੀ ਮਤਲਬ ਆ, ਅਖੀਰ ਦੇ ਵਿੱਚ ਮੈਂ ਉਹ ਵੀ ਤੁਹਾਨੂੰ ਐਕਸਪਲੇਨ ਕਰੂੰਗਾ। ਪਰ ਜਿਹੜਾ ਰੈਗੂਲਰ ਪਾਰਟੀਸ਼ਨ ਕਰਨ ਦਾ ਤਰੀਕਾ ਹੈਗਾ, ਇੱਦਾਂ ਆਪਾਂ ਇਹਨੂੰ ਪਾਥ ਦੇ ਦੇਣਾ ਅਤੇ ਆਪਾਂ ਨੈਕਸਟ 'ਤੇ ਕਲਿੱਕ ਕਰ ਦੇਣਾ। ਫਿਰ ਆਪਾਂ ਨੂੰ ਪੁੱਛਦਾ ਇਹਦੀ ਸਾਰੀ ਇਨਫੋਰਮੇਸ਼ਨ ਆ, ਮੈਂ ਇਹਨੂੰ ਡੀਫਾਲਟ ਰਹਿਣ ਦਿੰਦਾ ਅਤੇ ਆਪਾਂ ਨੈਕਸਟ ਕਰ ਦਿੰਦੇ ਨੈਕਸਟ। ਅਤੇ ਜਿਹੜੀ ਪਹਿਲੀ ਪਾਰਟੀਸ਼ਨ ਆ ਉਹ ਆਲਰੇਡੀ ਹੋ ਗਈ ਆ, ਇਹ ਆਪਦੇ ਆਪ ਇਹਨੇ ਆਟੋਮੈਟਿਕਲੀ ਫਾਰਮੈਟ ਵੀ ਕਰ ਦੇਣਾ। ਹੁਣ ਆਪਾਂ ਦੂਜੀ ਨੂੰ ਵੀ ਉਸੇ ਤਰੀਕੇ ਦੇ ਨਾਲ ਨੈਕਸਟ, ਅਤੇ ਦੂਜੀ ਦਾ ਮੈਂ ਜਿਹੜਾ ਸਾਈਜ਼ ਆ ਉਹ ਪੂਰਾ ਉਨਾ ਹੀ ਰਹਿਣ ਦੇਣਾ ਜਿੰਨਾ ਇਹਨੇ ਆਟੋਮੈਟਿਕਲੀ ਚੱਕ ਲਿਆ ਸਾਰੇ ਦਾ ਸਾਰਾ, ਕਿਉਂਕਿ ਆਪਾਂ 2 ਪਾਰਟੀਸ਼ਨਾਂ ਕਰ ਦਿੰਦੇ। ਹੁਣ ਜਿਹੜੀਆਂ ਆਪਣੀਆਂ ਇਹ 2 ਪਾਰਟੀਸ਼ਨਾਂ ਇਹ ਹੋ ਗਈਆਂ ਅਤੇ ਇਹਨੇ ਆਟੋਮੈਟਿਕਲੀ ਜਿਹੜੀ ਹੈਗੀ ਆ ਫਾਰਮੈਟ ਕਰਤੀ ਆ। ਹੁਣ ਤੁਸੀਂ ਆਪਣੇ ਜਿਹੜਾ ਦਿਸ PC ਦੇ ਉੱਤੇ ਜਾ ਕੇ ਜਾਂ ਮਾਈ ਕੰਪਿਊਟਰ ਦੇ ਵਿੱਚ ਜਾ ਕੇ ਦੇਖ ਸਕਦੇ ਹਾਂ ਜਿਹੜੀ ਆਪਾਂ ਪਾਰਟੀਸ਼ਨਾਂ ਕੀਤੀਆਂ ਉਹ ਆਲਰੇਡੀ ਐਕਟਿਵ ਹੈਗੀਆਂ, ਲਾਈਵ ਆ। ਇਹ ਦੇਖੋ ਤੁਸੀਂ ਮੇਰੇ ਕੋਲ 2 ਪਾਰਟੀਸ਼ਨਾਂ ਹੈਗੀਆਂ। ਹੁਣ ਮੈਂ ਤੁਹਾਨੂੰ ਇੱਕ ਹੋਰ ਆਪਸ਼ਨ ਦੱਸਦਾ ਦੋਸਤੋ, ਜਿੱਥੇ ਕਈ ਵਾਰੀ ਆਪਾਂ ਕੀ ਕਰਦੇ ਕੋਈ ਪਾਥ ਨਹੀਂ ਦਿੰਦੇ ਤਾਂ ਉੱਥੇ ਕੀ ਹੁੰਦਾ, ਮੈਂ ਇਹਨਾਂ ਨੂੰ ਫਿਰ ਡਿਲੀਟ ਕਰ ਦਿੰਦਾ। ਮੈਂ ਜਿਹੜੀਆਂ ਇਹ ਪਾਰਟੀਸ਼ਨਾਂ ਇਹਨਾਂ ਨੂੰ ਡਿਲੀਟ ਕਰਤੀਆਂ। ਹੁਣ ਮੈਂ ਇੱਥੇ ਫਿਰ ਰਾਈਟ ਕਲਿੱਕ ਕਰਕੇ ਨਿਊ ਵੋਲੀਅਮ ਕ੍ਰੀਏਟ ਕਰ ਦੇ ਨੈਕਸਟ। ਇੱਥੇ ਮੈਂ ਉਹੀ 50,000 MB ਦੀ ਇਹਨੂੰ ਬਣਾਊਂਗਾ, 48 GB ਦਾ ਇੱਕ ਪੋਰਸ਼ਨ ਬਣਾ ਲਿਆ। ਇੱਥੇ ਦੋਸਤੋ ਮੈਂ ਜਿਹੜਾ ਹੈਗਾ ਇਹਨੂੰ ਕੋਈ ਪਾਸ ਨਹੀਂ ਦਿੱਤਾ, ਮੈਂ ਜਿਹੜੀ ਬੋਟਮ ਵਾਲੀ 'ਤੇ ਕਲਿੱਕ ਕਰਤਾ ਅਤੇ ਮੈਂ ਕਰ ਦਿੰਦਾ ਯੈਸ। ਸਾਰਾ ਜਿਹੜਾ ਇਹ NTFS ਵਗੈਰਾ ਆਪਾਂ ਉਹੀ ਰੱਖ ਲਿਆ। ਫਿਰ ਆਪਾਂ ਦੂਜੇ ਨੂੰ ਵੀ ਇੱਦਾਂ ਕਰ ਲੈਂਦੇ ਹਾਂ। ਇਸ ਤਰੀਕੇ ਦੇ ਨਾਲ ਜਿਹੜਾ ਮੈਂ ਇਹ ਹੈਗਾ ਇਹਨੂੰ ਕਰੀ ਜਾਂਦਾ। ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਇਹਦਾ
साइज वगैरह कर लेना। आप उस तरीके कोई अनुपात नहीं दिता। NTFS हों दोस्तों जो तुम कोई भी जी है 4-5 GB तो वही करनी है तो उन्होंने NTFS जो पार्टीशन करो। तो चलो हूँ तुम जो अपने दिस PC या माई कंप्यूटर से जाकर देखोगे तो दोस्तों ये सोनू दिसनिया नहीं क्योंकि आप कोई भी पाथ नहीं दिता जिम्मे कि इतने मेरे को सी ते डी ड्राइव उन्होंने आप कोई भी हले पाथ नहीं दिता। तो चलो फिर हम सर दादा किमें करना तो फिर राइट क्लिक करोगे इतने लिखा जाता वा असाइन न्यू पाथ असाइन न्यू अड्रैस आप क्लिक कर देना दोस्तों इतने तुम्हें जो एड कर दो तो एड के उत्ते इतने आ गया भी तुम्हें कोई पाथ देना एड्रैस देना आप फिर ई दे देने जो ही तुम इतने क्लिक करोगे तो वह ऑलरेडी आपके आप जो दिस PC माई कंप्यूटर के इन्हें खुल जाना अपनी जी पहली पार्टीशन वो हम शो हो लग गई है जी दूजी है उन्होंने भी आप इस तरीके राइट क्लिक फिर आप क्रिएट और असाइन पाथ आप एड कर दें इतों आप एफ देता ओके तो यह भी उस तरीके खुल गई हूँ अपन जोने पार्टीशन वो इतने लाइव हो गई पर यह केस के दोस्तों हूँ इनू आप पहली बारी फॉरमेट करना पैना इनू आप उ डेस्क मैनेजमेंट जाके इतने राइट क्लिक करके तुम फॉरमेट पर क्लिक कर दो दोनों आप बारी बारी इन्हों फॉरमेट कर देना इस तरीके दोस्तों जीडिया अपन पार्टीशन वो दोने आप कर लिया तो तुम इस तरीके अपने विंडो PC के उत्ते जाके जो सही तरीके जी अपनी एक्सटर्नल हार्ड ड्राइव है ज सॉलिड स्टेट ड्राइव है वो पार्टीशन डिलीट कर सकते हैं ज क्रिएट कर सकते हैं। अज्ले इन्ना ही दोस्तों धन्यवाद वीडियो देखने के लिए जो तुम्हें साड़ी वीडियो लाइक किया इनू शेयर तो सबसक्राइब जरूर करो धन्यवाद।